ਆ ਮੇਰੇ ਖਡੂਰ ਸਾਹਿਬ ਵਾਲੇ ਵੀਰੋ ਇੱਕ ਗੱਲ ਯਾਦ ਰੱਖਿਓ, ਅੱਗੇ ਅੱਗੇ ਪੂਰੇ ਇਲਾਕੇ ਨੇ ਤੁਸੀਂ ਲਾਂਤਾਂ ਖੱਟੀਆਂ ਸੀ, ਬੀਬੀ ਖਾਲੜਾ ਨੂੰ ਹਰਾਇਆ ਸੀ, ਪਰ ਫਿਰ ਨਾਲ ਲਾਂਤਾਂ ਖੱਟ ਲਿਓ ਐਰਕੀ ਰੱਬੀ ਰੂਹ। ਭਾਈ ਅੰਮ੍ਰਿਤਪਾਲ ਸਿੰਘ ਤੁਹਾਡੇ ਇਲਾਕੇ ਤੋਂ ਖੜਾ ਹੋਇਆ ਤੇ ਇਕੱਲੇ ਇਕੱਲੇ ਦੀ ਵੋਟ ਪੈਣੀ ਚਾਹੀਦੀ ਭਾਈ ਸਾਹਿਬ ਨੂੰ, ਇਕੱਲੇ ਇਕੱਲੇ ਦੀ ਵੋਟ, ਇਕੱਲਾ ਇਕੱਲਾ ਕੀ ਭਾਵੇਂ ਪੰਜ ਪੰਜ ਵੋਟਾਂ ਪੈਂਦੀਆਂ ਉਹ ਵੀ ਪਾਓ, ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਓ ਜ਼ਰੂਰ, ਨਹੀਂ ਤਾਂ ਕੌਮ 'ਤੇ ਕਲੰਕ ਲੱਗ ਜਾਣਾ ਆ, ਨਹੀਂ ਤਾਂ ਲੋਕਾਂ ਦਾ ਦਿਲ ਟੁੱਟ ਜਾਣਾ ਆ, ਪੰਥ ਦਰਦੀਆਂ ਦਾ ਦਿਲ ਟੁੱਟ ਜਾਣਾ ਆ। ਵੀਰੋ ਕੋਈ ਬੰਦਾ ਵਿਦੇਸ਼ਾਂ ਤੋਂ ਆਪਣਾ ਕੈਰੀਅਰ ਆਪਣਾ ਸਭ ਕੁਝ ਛੱਡ ਕੇ ਸਾਡੇ ਪੰਜਾਬ ਦੀ ਤਰੱਕੀ ਵਾਸਤੇ ਸਾਡੇ ਨਾਲ ਖੜਾ ਹੋਇਆ ਅੱਗੇ ਲੱਗਾ, ਤਾਂ ਜੇ ਅਸੀਂ ਹੁਣ ਵੀ ਪਿੱਛੇ ਬੈਠੇ ਰਹੇ ਤਾਂ ਉਹੀ ਪੁਰਾਣੀਆਂ ਪਾਰਟੀਆਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਰਹੇ ਅਤੇ ਕੱਲ੍ਹ ਨੂੰ ਕਿਸੇ ਨੇ ਪੰਜਾਬ ਵਾਸਤੇ ਕੌਮ ਵਾਸਤੇ ਖੜੇ ਨਹੀਂ ਹੋਣਾ ਵੀਰੋ, ਕਿਸੇ ਨੇ ਪੰਜਾਬ ਵਾਸਤੇ ਕੌਮ ਵਾਸਤੇ ਖੜੇ ਨਹੀਂ ਹੋਣਾ, ਇਹ ਆਖਰੀ ਚਾਂਸ ਆ। ਅੱਗੇ ਬੀਬੀ ਖਾਲੜਾ ਨੂੰ ਜਦੋਂ ਹਾਰੀ ਸੀ ਤਾਂ ਕਈ ਲੋਕਾਂ ਦੇ ਉਹ ਹੀ ਹਿੱਲ ਗਏ ਸੀ ਵੀ ਇਹ ਹੋ ਹੀ ਨਹੀਂ ਸਕਦਾ, ਇਹ ਕਿੱਦਾਂ ਹੋ ਗਿਆ, ਪਰ ਫਿਰ ਨਾ ਕਿਤੇ ਐਰਕੀ ਉਸ ਤਰ੍ਹਾਂ ਹੋ ਜਾਏ। ਖਡੂਰ ਸਾਹਿਬ ਵਾਲਿਓ ਘੱਟੋ ਘੱਟ ਭਾਈ ਸਾਹਿਬ 95% ਵੋਟਾਂ ਨਾਲ ਜਿੱਤਣੇ ਚਾਹੀਦੇ ਆ, 95% ਵੋਟਾਂ ਨਾਲ ਉਹਨਾਂ ਦਾ ਹੌਸਲਾ ਅਫਜਾਈ ਵਾਸਤੇ 95% ਵੋਟਾਂ ਉਹਨਾਂ ਨੂੰ ਪੈਣੀਆਂ ਚਾਹੀਦੀਆਂ ਆ, ਨਹੀਂ ਤਾਂ ਜਿੱਤ ਦਾ ਐਡਾ ਮਹਾਨ ਇਨਸਾਨ ਜੇ ਉਹਨੂੰ ਅਸੀਂ ਜਿਤਾ ਤਾ ਤੇ ਜਿਤਾ ਤਾ ਹੀ ਬਹੁਤ ਵੱਡੀ ਗੱਲ ਨਹੀਂ ਹੈਗੀ, ਇਹ ਦੁਨੀਆਂ ਨੂੰ ਪਤਾ ਚ ਲੱਗ ਜਾਏ ਵੀ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਪੰਜਾਬ ਦੇ ਲੋਕ ਹੈਗੇ ਆ, ਕਿਉਂਕਿ ਅੱਗੇ ਵੀ ਕੋਈ ਤਾਂ ਹੀ ਲੱਗਦਾ ਜੇ ਚਾਰ ਬੰਦੇ ਪਿੱਛੇ ਹੋਣ ਤੇ, ਜੇ ਚਾਰ ਬੰਦੇ ਪਿੱਛੇ ਨਾ ਹੋਣ ਤੇ ਅੱਗੇ ਲੱਗਣ ਦਾ ਕੋਈ ਫਾਇਦਾ ਨਹੀਂ, ਤੇ ਇੱਕ ਨੌਜਵਾਨ ਆਪਣਾ ਵਿਦੇਸ਼ੀ ਕੈਰੀਅਰ ਛੱਡ ਕੇ ਪੰਜਾਬ 'ਚ ਆਇਆ ਅਤੇ ਪੰਜਾਬ 'ਚ ਕ੍ਰਾਂਤੀ ਲਿਆਉਣ ਵਾਸਤੇ ਅੱਜ ਜੇਲ੍ਹ 'ਚ ਬੈਠਾ ਆ, ਅਤੇ ਤੁਹਾਨੂੰ ਮੌਕਾ ਮਿਲਿਆ ਖਡੂਰ ਸਾਹਿਬ ਵਾਲਿਓ ਕਿ ਇੰਨੀਆਂ ਵੋਟਾਂ ਪਾਓ, ਪ੍ਰਤੱਖ ਜਿੱਤ ਹੋਵੇ ਭਾਈ ਸਾਹਿਬ ਦੀ ਅਤੇ ਸਰਕਾਰ ਮਜਬੂਰ ਹੋ ਜਾਏ ਉਹਨਾਂ ਨੂੰ ਜੇਲ੍ਹ 'ਚੋਂ ਡਿਬਰੂਗੜ੍ਹ ਜੇਲ੍ਹ 'ਚੋਂ ਪੰਜਾਬ ਲਿਆਉਣ ਦੀ, ਇਹ ਹੁਣ ਤੁਹਾਡੇ ਉੱਪਰ ਆ ਖਡੂਰ ਸਾਹਿਬ ਵਾਲਿਓ, ਤੁਹਾਡੇ ਉੱਪਰ ਵੱਧ ਤੋਂ ਵੱਧ ਵੋਟਾਂ ਪਾਓ, ਵੱਧ ਤੋਂ ਵੱਧ ਵਟਸਐਪ ਗਰੁੱਪ ਬਣਾਓ, ਵੱਧ ਤੋਂ ਵੱਧ ਫੇਸਬੁੱਕ ਗਰੁੱਪ ਬਣਾਓ, ਵੱਧ ਤੋਂ ਵੱਧ ਪੈਸਾ ਇਕੱਠਾ ਕਰਕੇ ਵਟਸਐਪ ਗਰੁੱਪ ਅਤੇ ਫੇਸਬੁੱਕ ਪੋਸਟਾਂ ਸ਼ੇਅਰ ਕਰੋ ਭਾਈ ਸਾਹਿਬ ਦੇ ਹੱਕ 'ਚ, ਘਰ ਘਰ ਜਾਓ ਲੋਕਾਂ ਨੂੰ ਸਮਝਾਓ ਭਾਈ ਸਾਹਿਬ ਹਰ ਹਾਲਤ ਜਿੱਤਣੇ ਚਾਹੀਦੇ ਆ, ਜੇ ਭਾਈ ਸਾਹਿਬ ਹਾਰ ਗਏ ਤਾਂ ਇਸ ਤੋਂ ਵੱਡਾ ਕਲੰਕ ਨਾ ਅੱਜ ਤੱਕ ਕੋਈ ਕੌਮ ਦੇ ਨਾਂ 'ਤੇ ਲੱਗਾ ਅਤੇ ਨਾ ਲੱਗਣਾ ਆ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਵੀਰੋ। ਅੰਮ੍ਰਿਤਪਾਲ ਸਿੰਘ ਇੱਕ ਰੱਬੀ ਰੂਹ ਆ, ਉਹ ਕੋਈ ਆਮ ਇਨਸਾਨ ਹੈ ਨਹੀਂ, ਇਹ ਤਾਂ ਸਾਰਾ ਪੰਜਾਬ ਉਦੋਂ ਹੀ ਜਾਣ ਗਿਆ ਸੀ ਜਦੋਂ ਪੂਰੇ ਪੰਜਾਬ ਹਰਿਆਣਾ ਤੇ 10 ਸਟੇਟਾਂ ਦੀ ਪੁਲਿਸ ਉਹਦੇ ਪਿੱਛੇ ਲੱਗੀ ਸੀ ਤੇ ਉਹ ਰੱਬੀ ਰੂਹ ਪਤਾ ਨਹੀਂ ਕਿਵੇਂ ਕਿਵੇਂ ਪੁਲਿਸ ਨੂੰ ਚੱਕਵੇਂ ਦਿੰਦਾ, ਕਦੀ ਕੱਪੜੇ ਬਦਲ ਕੇ ਮੋਟਰਸਾਈਕਲ ਤੇ ਬੈਠ ਕੇ, ਕਦੀ ਆਟੋ ਵਾਲੇ 'ਚ ਬੈਠ ਕੇ, ਕਦੀ ਕਿਸੇ ਰੇਹੜੀ ਤੇ ਬੈਠ ਕੇ ਕਿਵੇਂ ਕਿਵੇਂ ਚੱਕਵੇਂ ਦਿੰਦਾ ਰਿਹਾ। ਇਹ ਇੱਕ ਸੱਚੀ ਕਹਾਣੀ ਆ ਜੋ ਪੂਰੀ ਦੁਨੀਆ ਨੇ ਦੇਖੀ। ਉਹ ਰੱਬੀ ਰੂਹ ਸੀ, ਉਹਦੇ ਵਿੱਚ ਤਾਕਤ ਸੀ, ਹਿੰਮਤ ਸੀ, ਤਾਂ ਹੀ ਉਹਨੇ 6-7 ਦਿਨ ਪੰਜਾਬ ਦਾ ਨੈੱਟ ਬੰਦ ਕਰਾਤਾ ਸੀ। ਇਸ ਤੋਂ ਪਹਿਲਾਂ ਕਦੀ ਪੰਜਾਬ ਦਾ ਇੰਟਰਨੈੱਟ ਬੰਦ ਨਹੀਂ ਹੋਇਆ ਸੀ।
ਜਿਵੇਂ ਕੋਈ ਇੱਕ ਫਿਲਮ ਦਾ ਤੁਸੀਂ ਡਾਇਲੌਗ ਨਹੀਂ ਸੁਣਿਆ, ਇੱਕ ਫਿਲਮ ਵਿੱਚ ਜਿਹਦੇ ਵਿੱਚ ਡੌਨ 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 ਨਹੀਂ ਹੁੰਦਾ, ਡੌਨ ਅਸਲ ਵਿੱਚ ਉਹ ਹੀਰੋ ਹੁੰਦਾ ਆ, ਤੇ ਡਾਇਲੌਗ ਉਹ ਹੁੰਦਾ ਕਿ ਡੌਨ ਕਾ ਇੰਤਜ਼ਾਰ ਤੋਂ 11 ਮੁਲਕੋ ਕੀ ਪੁਲਿਸ ਕਰ ਰਹੀ ਹੈ, ਪਰ ਕਿਸੀ ਕੋ ਪਤਾ ਨਹੀਂ ਡੌਨ ਕਹਾਂ ਹੈ। ਉਹ ਜਿਹੜਾ ਡੌਨ ਸੀ ਉਹ ਡੌਨ ਅਸਲ ਵਿੱਚ ਹੀਰੋ ਹੁੰਦਾ ਜਾਂ ਅਮਿਤਾਬ ਬੱਚਨ ਜਾਂ ਸ਼ਾਹਰੁਖ ਖਾਨ, ਪਰ ਇੱਥੇ ਕੋਈ ਹੀਰੋ ਕੋਈ ਨਾਇਕ ਨਹੀਂ, ਸਿੱਧਾ ਇੱਕ ਰੱਬੀ ਰੂਹ ਸੀ ਜਿਹਨੂੰ 10 ਸਟੇਟਾਂ ਦੀ ਪੁਲਿਸ ਲੱਭਦੀ ਰਹੀ ਪਰ ਉਹਦਾ ਕੁਛ ਪਤਾ ਨਹੀਂ ਲੱਗਿਆ। ਫਿਰ ਇੱਕ ਦਿਨ ਆਪੇ ਅਚਾਨਕ ਆ ਕੇ ਉਸ ਰੱਬੀ ਰੂਹ ਨੇ, ਤਾਂ ਕਿ ਲੋਕ ਖੁਦ ਖੜੇ ਹੋ ਸਕਣ, ਲੋਕਾਂ ਨੂੰ ਅਕਲ ਆ ਸਕੇ, ਲੋਕ ਖੁਦ ਜ਼ੁਲਮ ਦੇ ਖਿਲਾਫ ਲੜ ਸਕਣ, ਅਤੇ ਉਸ ਰੱਬੀ ਰੂਹ ਨੇ ਆਪ ਆ ਕੇ ਆਪਣੇ ਆਪ ਨੂੰ ਅਰੈਸਟ ਕਰਾਇਆ, ਸਮਰਪਿਤ ਕਰਾਇਆ, ਅਤੇ ਅੱਜ ਉਹ ਰੱਬੀ ਰੂਹ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਆ, ਅਤੇ ਉੱਥੇ ਦੱਸਦਿਆਂ ਵੀ ਸਵੇਰੇ ਸ਼ਾਮ ਮਹਾਰਾਜ ਦਾ ਨਾਂ ਲੈਂਦੇ ਆ, ਅਤੇ ਜਿਹੜੇ ਹੋਰ ਕੈਦੀ ਆ ਉਹਨਾਂ ਨੂੰ ਵੀ ਨਾਮ ਜਪਾਉਂਦੇ ਆ ਆਪ, ਅਤੇ ਜਿਹੜੇ ਨਾਲ ਉਹਨਾਂ ਦੇ ਕੁਛ ਸਿੰਘ ਗਏ ਸੀ ਉਹ ਵੀ ਨਾਮ ਜਪਦੇ ਆ, ਅਤੇ ਹੋਰ ਕਈ ਇਹੋ ਜਿਹੀਆਂ ਆਤਮਾ ਇਹੋ ਜਿਹੇ ਕ੍ਰਿਮੀਨਲ ਉੱਥੇ ਜਿਹੜੇ ਆ ਉਹ ਵੀ ਰੱਬ ਦਾ ਨਾਂ ਜਪ ਕੇ ਤਰ ਗਏ। ਸਮਝੋ ਉਹ ਰੱਬੀ ਰੂਹ ਕਈਆਂ ਨੂੰ ਤਾਰ ਗਈ, ਕਈਆਂ ਦੇ ਜਨਮ ਸਫਲ ਕਰਤੇ ਉਹਨੇ, ਕਈਆਂ ਨੂੰ ਸਿੱਧੇ ਰਾਹ ਪਾਤਾ, ਮੁੱਖ ਮੰਤਰੀ ਬਾਜੋਗੇ ਵਾਲੇ ਵਰਗੇ ਕਈ ਨਸ਼ੇ ਛੱਡ ਕੇ ਸਿੰਘ ਸੱਜ ਗਏ ਤੇ ਸਿੱਧੇ ਰਾਹ ਚੱਲ ਪਏ। ਤੇ ਵੀਰੋ ਸਾਡਾ ਹੁਣ ਸਾਰਿਆਂ ਦਾ ਇਹੋ ਹੀ ਮਤਲਬ ਇੱਕ ਉਦੇਸ਼ ਆ ਜਾਂ ਇੱਕ ਲੈਸਣ ਆ ਜਾਂ ਇੱਕ ਸਬਕ ਆ ਵੀ ਅਸੀਂ ਉਸ ਰੱਬੀ ਰੂਹ ਦੀ ਸਿਫਤ ਕਰੀਏ, ਸਲਾਹ ਕਰੀਏ, ਫੋਲੋ ਕਰੀਏ, ਉਹਨੂੰ ਮੰਨੀਏ, ਉਹਦਾ ਸਾਥ ਦਈਏ। ਅਤੇ ਹਲਕਾ ਖਡੂਰ ਸਾਹਿਬ ਵਾਲਿਆਂ ਵਾਸਤੇ ਤਾਂ ਬਹੁਤ ਹੀ ਵੱਡੀ ਜ਼ਿੰਮੇਦਾਰੀ ਬਣ ਗਈ ਆ ਕਿ ਪਿਛਲੀ ਵਾਰ ਬੀਬੀ ਖਾਲੜਾ ਨੂੰ ਇੰਨਾ ਹਰਾਇਆ ਸੀ ਅਤੇ ਇਸ ਵਾਰ ਜਿਹੜਾ ਕਲੰਕ ਪਿਛਲੀ ਵਾਰ ਖੱਟਿਆ ਸੀ ਉਹ ਲਾਉਣ ਦਾ ਮੌਕਾ ਆ। ਵੀਰੋ ਖਡੂਰ ਸਾਹਿਬ ਵਾਲੇ ਵੀਰੋ ਇਸ ਵਾਰ ਕਲੰਕ ਲਾ ਦਿਓ ਅਤੇ ਭਾਈ ਸਾਹਿਬ ਸਿੰਘ ਸਾਹਿਬ ਨੂੰ ਭਾਰੀ ਬਹੁਮਤ ਤੇ ਜਿਤਾਓ ਕਿ ਦੁਨੀਆਂ ਦੇ ਰਿਕਾਰਡ ਪੈਦਾ ਹੋ ਜਾਏ, ਇੱਕ ਰਿਕਾਰਡ ਹੋ ਜਾਏ ਕਿ ਰੱਬੀ ਰੂਹ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਬਹੁਤ ਹੀ ਭਾਰੀ ਵੋਟਾਂ ਤੇ ਨਹੀਂ ਜਿੱਤੇ, ਦੁਨੀਆਂ ਦੀਆਂ ਸਭ ਤੋਂ ਵੱਧ ਭਾਰੀ ਵੋਟਾਂ ਤੇ ਜਿੱਤੇ ਆ। ਵੀਰੋ ਦੁਨੀਆਂ ਦੀਆਂ ਸਭ ਤੋਂ ਵੱਧ ਭਾਰੀ ਵੋਟਾਂ ਖਡੂਰ ਸਾਹਿਬ ਚ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਣੀਆਂ ਚਾਹੀਦੀਆਂ ਆ। ਬਹੁਤ ਬਹੁਤ ਧੰਨਵਾਦ ਵੀਰੋ, ਬਹੁਤ ਬਹੁਤ ਧੰਨਵਾਦ। ਵੀਰੋ ਪੂਰੇ ਪੰਜਾਬ ਦੇ ਮੀਡੀਆ ਜੀ ਖਡੂਰ ਸਾਹਿਬ ਦੀਆਂ ਚਰਚਾ ਆ, ਹਲਕਾ ਖਡੂਰ ਸਾਹਿਬ ਦੀਆਂ, ਕਿ ਉੱਥੋਂ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਆ। ਇਹ ਖਡੂਰ ਸਾਹਿਬ ਵਾਲਿਆਂ ਦਾ ਫਰਜ਼ ਬਣਦਾ ਆ ਕਿ ਉਹਨਾਂ ਦੀ ਸਪੋਰਟ ਕਰਨ, ਵੱਧ ਤੋਂ ਵੱਧ ਸਪੋਰਟ ਕਰਨ, ਰੱਬੀ ਰੂਹ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਇਆ ਜਾਵੇ। ਦੂਜੀ ਗੱਲ, ਸਿਮਰਨਜੀਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਕੰਮ ਕੀਤਾ ਪਹਿਲੀ ਵਾਰ ਜ਼ਿੰਦਗੀ 'ਚ, ਜਿਹੜਾ ਆਪਣਾ ਜਿਹੜਾ ਉਹਨੇ ਉਮੀਦਵਾਰ ਉਤਾਰਿਆ ਸੀ ਉਹਨੂੰ ਪਿੱਛੇ ਕਰ ਲਿਆ ਆ। ਕਿਉਂਕਿ ਇਹਦੀ ਵਜ੍ਹਾ ਕਿ ਕੌਮ ਦੀਆਂ ਵੋਟਾਂ ਵੰਡੀਆਂ ਨਾ ਜਾਣ, ਇਹ ਨਾ ਹੋਵੇ ਕਿ ਦੋਵਾਂ ਉਮੀਦਵਾਰਾਂ ਨੂੰ ਅੱਧੀਆਂ ਅੱਧੀਆਂ ਵੋਟਾਂ ਪੈ ਜਾਣ ਅਤੇ ਕੋਈ ਤੀਜਾ ਬਾਜੀ ਮਾਰ ਲਏ। ਇਹ ਸਿਮਰਨਜੀਤ ਸਿੰਘ ਮਾਨ ਜੀ ਨੇ ਬੜਾ ਵਧੀਆ ਕੰਮ ਕੀਤਾ ਆ, ਕਿਉਂਕਿ ਜਿਹੜਾ ਸਿਮਰਨਜੀਤ ਸਿੰਘ ਮਾਨ ਜੀ ਦਾ ਉਮੀਦਵਾਰ ਸੀ ਉਹ ਵੀ ਕਾਫੀ ਹੈਵੀ ਸੀ, ਕਾਫੀ ਪ੍ਰਭਾਵੀ ਸੀ, ਉਹ ਕਾਫੀ ਵੋਟਾਂ ਖਿੱਚ ਸਕਦਾ ਸੀ, ਪਰ ਉਹਨਾਂ ਵਧੀਆ ਕੰਮ ਕੀਤਾ ਆ। ਪਰ ਅਕਾਲੀਆਂ ਨੇ ਆਪਣਾ ਬਲਟਵਾ ਸਿੰਘ
ਪਿੱਛੇ ਨਹੀਂ ਹਟਾਇਆ, ਜਦ ਉਹਦੀ ਫੁੱਲ ਸਪੋਰਟ ਕੀਤੀ ਜਾ ਰਹੀ ਆ ਤੇ ਕੀ ਵਲਟੋਏ ਕੀ ਔਦ ਕੀ ਆ ਕੀ ਅਕਾਲੀ ਹੁਣੇ ਖਡੂਰ ਸਾਹਿਬ ਵਾਲਿਆਂ ਦਾ ਜਿੰਮਾ ਬਣਦਾ ਆ ਕਿ 100 ਚੋਂ 95 ਵੋਟਾਂ ਸਿੱਧੀਆਂ ਹੀ ਰੱਬੀ ਰੂਹ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੈਣ ਤੇ ਉਹ ਵੱਡੀ ਤਾਦਾਦ ਵਿੱਚ ਜਿੱਤ ਸਕਣ ਤੇ ਪੰਜਾਬ ਦੀ ਤਰੱਕੀ ਹੋ ਸਕੇ, ਪੰਜਾਬ 'ਚੋਂ ਨਸ਼ਾ ਖਤਮ ਹੋ ਸਕੇ, ਪੰਜਾਬ 'ਚ ਅਮਨ ਚੈਨ ਹੋ ਸਕੇ, ਪੰਜਾਬ 'ਚ ਵੱਧ ਤੋਂ ਵੱਧ ਫੈਕਟਰੀਆਂ ਲਾਈਆਂ ਜਾ ਸਕਣ, ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਨਾ ਜਾਣ, ਉਹਨਾਂ ਦਾ ਝੁਕਾਅ ਵਿਦੇਸ਼ਾਂ ਵੱਲੋਂ ਘਟੇ ਤੇ ਉਹ ਪੰਜਾਬ 'ਚ ਹੀ ਆਪਣੇ ਕੰਮ ਨੂੰ ਅੰਜਾਮ ਦੇਣ ਤੇ ਤਰੱਕੀਆਂ ਕਰਨ ਤੇ ਪੰਜਾਬ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਬਹੁਤ ਬਹੁਤ ਧੰਨਵਾਦ ਵੀਰੋ, ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਇੱਕ ਰੱਬੀ ਰੂਹ ਆ ਵੀਰੋ, ਰੱਬੀ ਰੂਹ, ਉਹ ਰੱਬੀ ਰੂਹ ਆ, ਉਹ ਕੋਈ ਆਮ ਇਨਸਾਨ ਨਹੀਂ ਹੈਗਾ, ਉਹਨੂੰ ਕੋਈ ਆਮ ਇਨਸਾਨ ਨਾ ਸਮਝੋ, ਉਹ ਰੱਬ ਦੀ ਰੂਹ ਆ ਵੀਰੋ। ਜਦੋਂ ਵੀ ਕਿਸੇ ਜਗ੍ਹਾ 'ਤੇ ਕਿਸੇ ਧਰਤੀ 'ਤੇ ਪਾਪ ਹੱਥੋਂ ਜ਼ਿਆਦਾ ਵੱਧ ਜਾਂਦਾ ਆ ਤੇ ਕੋਈ ਨਾ ਕੋਈ ਰੂਹ ਵਿੱਚ ਰੱਬ ਖੁਦ ਪ੍ਰਵੇਸ਼ ਕਰਦਾ ਆ। ਅਤੇ ਇਸੇ ਤਰ੍ਹਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਕਿ ਪਹਿਲੋਂ ਨੌਜਵਾਨ ਵਾਲ ਕੱਟੇ ਹੁੰਦੇ ਸੀ ਤੇ ਵਿਦੇਸ਼ਾਂ 'ਚ ਰਹਿੰਦਾ ਹੁੰਦਾ ਸੀ, ਉਹਦੀ ਰੂਹ, ਰੱਬ ਦੀ ਰੂਹ ਉਹਦੇ ਵਿੱਚ ਪ੍ਰਵੇਸ਼ ਕੀਤੀ ਅਤੇ ਉਹ ਰੱਬੀ ਰੂਹ ਬਣ ਗਿਆ ਅਤੇ ਪੰਜਾਬ ਆ ਗਿਆ ਅਤੇ ਪੰਜਾਬ ਆ ਕੇ ਉਸਨੇ ਲੱਖਾਂ ਹੀ ਨੌਜਵਾਨਾਂ ਦੇ ਨਸ਼ੇ ਛਡਵਾ ਦਿੱਤੇ ਵੀਰੋ, ਲੱਖਾਂ ਹੀ ਨੌਜਵਾਨਾਂ ਦੇ ਨਸ਼ੇ ਛਡਵਾ ਦਿੱਤੇ। ਅਤੇ ਵੀਰੋ ਜੇ ਤੁਸੀਂ ਸਬੂਤ ਭਾਲਦੇ ਹੋ ਵੀ ਕਿਹਦਾ ਨਸ਼ਾ ਛਡਵਾਇਆ, ਤਾਂ ਇੱਕ ਸਬੂਤ ਹੈਗਾ ਮੇਰੇ ਕੋਲ, ਪ੍ਰਧਾਨ ਮੰਤਰੀ ਬਾਜੋਗੇ ਜਿਹੜਾ ਇੱਕ ਨੰਬਰ ਦਾ ਨਸ਼ੇੜੀ ਸੀ, ਜੋ ਗੋਲੀਆਂ, ਫੀਮ, ਭੁੱਖੀ, ਜਰਦਾ ਸਭ ਕੁਝ ਖਾਂਦਾ ਸੀ, ਚਿੱਟਾ, ਕਾਲਾ, ਸਮੈਕ ਸਭ ਕੁਝ। ਪਰ ਜਦੋਂ ਉਹ ਰੱਬੀ ਰੂਹ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਟੱਚ ਵਿੱਚ ਆਇਆ ਤੇ ਉਹ ਸਾਰੇ ਨਸ਼ੇ ਛੱਡ ਗਿਆ ਤੇ ਸਿੰਘ ਸੱਜ ਗਿਆ ਤੇ ਭਾਈ ਸਾਹਿਬ ਦੀ ਸੱਜੀ ਬਾਹ ਬਣ ਗਿਆ। ਤੇ ਵੀਰੋ ਇਸੇ ਤਰ੍ਹਾਂ ਹੀ ਹੋਰ ਵੀ ਨੌਜਵਾਨ ਜਿਹੜੇ ਉਹਨਾਂ ਦੇ ਨਾਲ ਘੁੰਮਦੇ, ਜਿਹੜੇ ਉਹਨਾਂ ਨੂੰ ਮੰਨਦੇ ਆ, ਬਹੁਤ ਸਾਰੇ ਨੌਜਵਾਨਾਂ ਨੇ ਜਿਹੜਾ ਆ ਨਸ਼ੇ ਛੱਡ ਕੇ ਵਧੀਆ ਰਾਹ ਅਪਣਾਇਆ, ਧਾਰਮਿਕ ਰਾਹ ਅਪਣਾਇਆ। ਤੇ ਵੀਰੋ ਇਸੇ ਆਧਾਰ 'ਤੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਭਾਈ ਅੰਮ੍ਰਿਤਪਾਲ ਸਿੰਘ ਰੱਬੀ ਰੂਹ ਉਹਨਾਂ ਦਾ ਸਾਥ ਦਈਏ, ਉਹਨਾਂ ਨੂੰ ਸਪੋਰਟ ਕਰੀਏ, ਉਹ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਬਦਲ ਸਕਦੇ ਆ, ਪੰਜਾਬ ਨੂੰ ਅੱਗੇ ਲਿਜਾ ਸਕਦੇ ਆ, ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਸਕਦੇ ਆ, ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰ ਸਕਦੇ ਆ, ਪੰਜਾਬ ਵਿੱਚ ਫਿਰ ਤੋਂ ਵਧੀਆ ਕ੍ਰਾਂਤੀ ਲਿਆ ਸਕਦੇ ਆ। ਸੋ ਮੇਰੀ ਬੇਨਤੀ ਆ ਸਾਰੇ ਪੰਜਾਬ ਦੇ ਵੀਰਾਂ ਨੂੰ ਕਿ ਰੱਬੀ ਰੂਹ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਵੋ। ਵੇਖੋ ਇੱਕ ਇਨਸਾਨ ਕਦੀ ਵਿਦੇਸ਼ਾਂ ਤੋਂ ਪੰਜਾਬ ਆਉਂਦਾ, ਕੋਈ ਅੱਜ ਤੱਕ ਵੇਖਿਆ ਕਿ ਕੋਈ ਵਿਦੇਸ਼ ਤੋਂ ਪੰਜਾਬ ਆ ਗਿਆ ਹੋਵੇ? ਇਹ ਰੱਬੀ ਰੂਹ ਵਿਦੇਸ਼ਾਂ ਤੋਂ ਪੰਜਾਬ ਆਏ, ਪੰਜਾਬ ਵਿੱਚ ਇਹਨਾਂ ਨੇ ਕ੍ਰਾਂਤੀ ਲਿਆਂਦੀ, ਨੌਜਵਾਨਾਂ ਨੂੰ ਇਕੱਠੇ ਕੀਤਾ, ਰੈਵੋਲੂਸ਼ਨ ਲਿਆਂਦਾ ਅਤੇ ਅੱਜ ਪੰਜਾਬ ਦੀ ਖਾਤਰ, ਸਾਡੀ ਖਾਤਰ, ਸਿੱਖ ਕੌਮ ਦੀ ਖਾਤਰ ਡਬੜੂਗਲ ਜੇਲ੍ਹ ਵਿੱਚ ਬੈਠੇ ਆ। ਇਹ ਕੋਈ ਕਿਸੇ ਵਾਸਤੇ ਕਰਦਾ ਨਹੀਂ, ਹਰ ਕੋਈ ਆਪਣੇ ਵਾਸਤੇ ਕਰਦਾ, ਪਰ ਕੁਛ ਰੂਹਾਂ ਰੱਬੀ ਰੂਹਾਂ ਹੁੰਦੀਆਂ ਜਿਨ੍ਹਾਂ 'ਚ ਰੱਬ ਖੁਦ ਸਮਾ ਚੁੱਕਾ ਹੁੰਦਾ, ਉਹ ਲੋਕਾਂ ਵਾਸਤੇ ਕੰਮ ਕਰਦੇ ਆ। ਅਤੇ ਵੀਰੋ ਬੇਨਤੀ ਇਹੋ ਹੀ ਆ ਵੀ ਸਾਰੇ ਇਕੱਠੇ ਹੋ ਕੇ
ਭਾਈ ਅੰਮ੍ਰਿਤਪਾਲ ਦੀ ਸਪੋਰਟ ਕਰੋ ਤਾਂ ਜੋ ਪੰਜਾਬ ਦਿਨ ਦੁੱਗਣੀ ਦੇ ਰਾਤ ਚੌਗਣੀ ਤਰੱਕੀ ਕਰ ਸਕੇ। ਬਹੁਤ ਬਹੁਤ ਧੰਨਵਾਦ।